ਹਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੱਲ ਕਰੀਏ ਕੌਮ ਦੇ ਮਹਾਨ ਯੋਧੇ, ਦਮਦਮੀ ਟਕਸਾਲ ਦੇ 14ਵੇਂ ਮੁਖੀ, 20ਵੀਂ ਸਦੀ ਦੇ ਮਹਾਨ ਯੋਧੇ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸੱਚ ਦੀ ਆਵਾਜ਼ ਉਠਾਈ, ਜਿਨ੍ਹਾਂ ਦੀ ਸੋਚ ਤੇ ਸਰਕਾਰਾਂ ਵੀ ਕੰਮ ਗਈਆਂ, ਜਿਨ੍ਹਾਂ ਦੇ ਸਮੇਂ ਦੇ ਵਿੱਚ ਧੀਆਂ ਭੈਣਾਂ ਦੇ ਦਹੇਜ ਵੱਲੋਂ ਵੀ ਰੋਕ ਲਾ ਦਿੱਤੀ ਗਈ, ਜਿਨ੍ਹਾਂ ਦੇ ਸਮੇਂ ਦੇ ਵਿੱਚ ਇੱਕ ਮਹਾਨ ਕੰਮ ਜੋ ਕਿ ਖੁੱਲੀਆਂ ਬਰਾਤਾਂ ਜਾਣੀਆਂ, ਉਹਨਾਂ ਤੇ ਵੀ ਰੋਕ ਲਾ ਦਿੱਤੀ ਗਈ। ਗੁਰੂ ਪਿਆਰੀ ਸਾਧ ਸੰਗਤ ਜੀ, ਉਸ ਮਹਾਨ ਯੋਧੇ ਦੀ ਸਾਨੂੰ ਬਹੁਤ ਵੱਡੀ ਘਾਟ ਹੋਈ ਹੈ। ਅੱਜ ਸਾਨੂੰ ਐਸੇ ਮਹਾਨ ਯੋਧੇ ਦੀ ਫੇਰ ਜ਼ਰੂਰਤ ਹੈ, ਫੇਰ ਲੋੜ ਹੈ, ਜਿਨ੍ਹਾਂ ਜ਼ਾਲਮਾਂ ਨੂੰ ਉਹਨਾਂ ਨੇ ਆਪਣੇ ਸਮੇਂ ਸੋਧਾ ਲਾਇਆ, ਉਹ ਅੱਜ ਫੇਰ ਸੱਚੇ ਝੂਠੇ ਸੌਦੇ ਵੇਲੇ ਉੱਠ ਕੇ ਸਾਨੂੰ ਵੰਗਾਰਾ ਪਾ ਰਹੇ ਹਨ। ਐਸੇ ਝੂਠੀਆਂ ਦੁਕਾਨਾਂ ਖੋਲ ਕੇ ਫਿਰ ਉਹ ਅੱਗੇ ਵੱਲ ਵੱਧਦੇ ਹੋਏ ਸਾਡੀ ਕੌਮ ਦੇ ਵਿੱਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਸਾਡੇ ਕੌਮ ਦੇ ਆਗੂ, ਸਾਡੇ ਕੌਮ ਦੇ ਲੀਡਰ ਜਿਹੜੇ, ਉਹ ਵੀ ਸਰਕਾਰ ਦੇ ਪਿੱਠੂ ਬਣ ਚੁੱਕੇ ਹਨ। ਸਾਡੇ ਦੇਸ਼ ਦੇ ਵਿੱਚ ਨਸ਼ੇ ਦੀ ਬਹੁਤ ਵੱਡੀ ਵਰਤੋਂ ਕੀਤੀ ਜਾ ਰਹੀ ਹੈ। ਸਾਡੀਆਂ ਧੀਆਂ ਭੈਣਾਂ ਦੀ ਸ਼ਾਦੀ ਦੇ ਵਿੱਚ ਬਹੁਤ ਭਾਰੀ ਗਿਣਤੀ ਦੇ ਵਿੱਚ ਦੁਰਉਪਯੋਗ ਵਿੱਚ ਵਰਤੋਂ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਬਹੁਤ ਹੀ ਵਾਧੇ ਘਾਟੇ ਵਾਲੇ ਜਿਹੜੇ ਹਨ, ਦਾਜ ਦਹੇਜ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਆਓ ਉਹਨਾਂ ਭੈਣਾਂ ਦੀਆਂ ਵੀ ਕੂਕਾਂ ਸੁਣੀਏ, ਉਹਨਾਂ ਗੁਰਮੁਖਾਂ ਦੀਆਂ ਵੀ ਆਵਾਜ਼ਾਂ ਸੁਣੀਏ, ਜੋ ਗਰੀਬ ਅੱਜ ਆਪਣੀ ਧੀ ਆਪਣੇ ਬੂਹੇ ਤੋਂ ਉਠਾਉਣ ਵਾਸਤੇ ਅਸਮਰਥ ਹੈ। ਅੱਜ ਸਾਨੂੰ ਫੇਰ ਐਸੇ ਸੱਚੇ ਤੇ ਸੁੱਚੀ ਆਤਮਾ ਦੀ ਜ਼ਰੂਰਤ ਹੈ, ਐਸੇ ਮਹਾਨ ਯੋਧੇ ਦੀ ਜ਼ਰੂਰਤ ਹੈ, ਜੋ ਸੱਚ ਦੀ ਆਵਾਜ਼ ਉਠਾ ਸਕੇ, ਜੋ ਸਾਡੀ ਕੌਮ ਨੂੰ ਸੇਧ ਦੇ ਸਕੇ, ਜੋ ਸਾਡੀ ਕੌਮ ਦੇ ਵਿੱਚ ਐਸੇ ਜਜ਼ਬੇ ਭਰ ਸਕੇ, ਜੋ ਸੱਚ ਤੇ ਤੁਰਨ ਦੀ ਜਾਚ ਦੱਸ ਸਕੇ। ਆਓ ਤੱਕੀਏ ਸਾਡੀ ਉਸ ਕੌਮ ਦੀ ਆਵਾਜ਼, ਸਿੱਖ ਕੌਮ ਦੀ ਆਵਾਜ਼, ਸਿੱਖ ਪੰਥ ਦੀ ਆਵਾਜ਼। ਸੁਣ ਕੁੱਕਾ ਪੰਥ ਦੀਆਂ ਮੁੜਿਆ ਭਿੰਡਰਾਂ ਵਾਲਾ ਸ਼ੇਰਾ, ਦਾਸ ਦਾ ਕਵਿਸ਼ ਜੱਥਾ ਭਾਈ ਦਲਜੀਤ ਸਿੰਘ ਖਾਲਸਾ ਜੀ ਦਾ ਕਵਿਸ਼ ਜੱਥਾ, ਕਾਕਾ ਹਰਮਿੰਦਰ ਸਿੰਘ ਹੀਰਾ, ਮਨਜਿੰਦਰ ਸਿੰਘ ਖਾਲਸਾ ਜਵਾਨੀ, ਹੇ ਇਉਂ ਸਰਵਨ ਕਰੋ ਜੀ। ਕਿੰਜ ਬਦਲ ਹਾਲਾਤ ਗਏ, ਕੈਸਾ ਵਕਤ ਕੌਮ ਤੇ ਆਇਆ, ਗੱਲ ਸਮਝ ਬਾਹਰ ਦਿਸੇ, ਕਿਸ ਨੂੰ ਜਾਵੇ ਦਰਦ ਸੁਣਾਇਆ, ਕਰਾਉਂਦੀ ਗੈਰਤ ਨੂੰ ਮੁੜ ਮੁੜ ਆਉਂਦਾ ਚੇਤਾ ਤੇਰਾ, ਸੋਹਣੇ ਕੂਕਾਂ ਪੰਥ ਦੀਆਂ ਮੁੜਿਆ ਪਿੰਡਰਾਂ ਵਾਲੇ ਸ਼ੇਰਾ। ਬਦਲ ਹਾਲਾਤ ਗਏ, ਕੈਸਾ ਵਕਤ ਕੌਮ ਤੇ ਆਇਆ, ਗੱਲ ਸਮਝ ਬਾਹਰ ਦਿਸੇ, ਕਿਸ ਨੂੰ ਜਾਵੇ ਦਰਦ ਸੁਣਾਇਆ, ਕਰਾਉਂਦੀ ਗੈਰਤ ਨੂੰ ਮੁੜ ਮੁੜ ਆਉਂਦਾ ਚੇਤਾ ਤੇਰਾ, ਸੋਹਣੇ ਕੂਕਾਂ ਪੰਥ ਦੀਆਂ ਮੁੜਿਆ ਪਿੰਡਰਾਂ ਵਾਲੇ ਸ਼ੇਰਾ। ਦਰਦ ਲਾਲਚੀਆਂ ਗਹਿਣੇ ਅਣਖ ਕੌਮ ਦੀ ਪਾਤੀ, ਕੋਰਸੀ ਦੀ ਲਾਲ ਚਲਈ, ਅਪਗੜੀ ਦੁਸ਼ਮਣ ਹੱਥ ਫੜਾਤੀ, ਗੱਜ ਲੀਡਰਾਣੀ ਕਿਵੇਂ ਮੱਲਿਆ ਚਾਰ ਚਪੇਰਾ, ਸੋਹਣੇ ਕੂਕਾਂ ਪੰਥ ਦੀਆਂ ਮੁੜਿਆ ਪਿੰਡਰਾਂ ਵਾਲੇ ਸ਼ੇਰਾ। ਲੋਟੂ ਸਰਸੇ ਦਾਇਓ, ਸਾਡੀ ਹੱਥ ਇੱਜ਼ਤ ਨੂੰ ਪਾਵੇ, ਸੁੱਤਿਆਂ ਬੱਬਰਾਂ ਨੂੰ
ਦੀਆਂ ਮੁੜਿਆ ਪਿੰਡਰਾਂ ਵਾਲੇ ਸ਼ੇਰਾ ਸਾਧ ਦਵਾਨੀ ਦਾ ਜਿਸ ਨੂੰ ਕਹਿਣ ਲੋਕ ਪਨਿਆਰਾ ਕਰ ਹੇਟੀ ਸਤਿਗੁਰਾਂ ਦੀ ਜਿਉਂਦਾ ਅਜੇ ਤੱਕ ਹੈ ਜਿਉਂਦਾ ਅਜੇ ਤੱਕ ਹਤਿਆਰਾ ਲੱਖ ਰਾਤ ਚੇਲੀਆਂ ਨੂੰ ਇੱਜਤਾਂ ਲੁੱਟਦਾ ਹੁਸਨ ਬਟੇਰਾ ਸੋਹਣੇ ਕੂਕਾਂ ਪੰਥ ਦੀਆਂ ਮੁੜਿਆ ਪਿੰਡਰਾਂ ਵਾਲੇ ਸ਼ੇਰਾ ਕੋਲ ਜਲੰਧਰ ਦੇ ਬੈਠਾ ਆਸ਼ੂਤੋਸ਼ ਬਿਹਾਰੀ ਗੱਲ ਕਰਕੇ ਲੁੱਟਾਂ ਦੀ ਲੁੱਟ ਕੇ ਖਾ ਗਿਆ ਦੁਨੀਆਂ ਸਾਰੀ ਰੱਖ ਰਾਤ ਚੇਲੀਆਂ ਨੂੰ ਇੱਜਤਾਂ ਲੁੱਟਦਾ ਹੁਸਨ ਬਟੇਰਾ ਸੋਹਣੇ ਕੂਕਾਂ ਪੰਥ ਦੀਆਂ ਮੁੜਿਆ ਪਿੰਡਰਾਂ ਵਾਲੇ ਸ਼ੇਰਾ ਵਿਕਦਾ ਹੱਟੀਆਂ ਤੇ ਕੀਤੀ ਗਰਮ ਦਲਾਲਾਂ ਮੰਡੀ ਸਿੱਖ ਕੌਮ ਧਰਮੀਆਂ ਦੀ ਲੁੱਟ ਕੇ ਖਾ ਗਏ ਸਾਧ ਪਖੰਡੀ ਰਾਹ ਪਾਲਿਆ ਦਿਸਦਾ ਨਾ ਛਾ ਗਿਆ ਚਾਰੇ ਤਰਫ ਹਨੇਰਾ ਸੋਹਣੇ ਕੂਕਾਂ ਪੰਥ ਦੀਆਂ ਮੁੜਿਆ ਪਿੰਡਰਾਂ ਵਾਲੇ ਸ਼ੇਰਾ ਅੱਜ ਨਾ ਦਿਸਦਾ ਕੋਈ ਧਰਮਾਂ ਦੇ ਤਖਤਾਂ ਤੇ ਭਾਰੂਆਣ ਸਿਆਸਤ ਹੋਈ ਖੰਬ ਤੋੜ ਸ਼ਿਕਾਰੀ ਨੀ ਪਾਲਿਆ ਪਿੰਜਰੇ ਪਕੜ ਬਟੇਰਾ ਸੋਹਣੇ ਕੂਕਾਂ ਪੰਥ ਦੀਆਂ ਸੋਹਣੇ ਕੂਕਾਂ ਪੰਥ ਦੀਆਂ ਮੁੜਿਆ ਪਿੰਡਰਾਂ ਵਾਲੇ ਸ਼ੇਰਾ ਮਾੜੇ ਅਫਸਰਾਂ ਨੇ ਸੂੜੀ ਜਿੰਦੇ ਅਦਲਦੀ ਟੰਗੀ ਹੱਥ ਰੱਖ ਕੇ ਫੈਲਾ ਤੇ ਰਿਸ਼ਵਤ ਲੈਂਦੇ ਨੇ ਮੂੰਹ ਮੰਗੀ ਮਨ ਅਰਜ ਧਰਮੀਆਂ ਦੀ ਛੇਤੀ ਪਾਵਤਨਾ ਨੂੰ ਫੇਰਾ ਸੋਹਣੇ ਕੂਕਾਂ ਪੰਥ ਦੀਆਂ ਮੁੜਿਆ ਪਿੰਡਰਾਂ ਵਾਲੇ ਸ਼ੇਰਾ ਵੱਡੇ ਬੰਦਿਆਂ ਦੀ ਡਰਦੇ ਚੋਰ ਨ ਕਰਨ ਸਮਾਇਕਾ ਅੱਗ ਬਲਦੀ ਨਸ਼ਿਆਂ ਦੀ ਅੱਗ ਬਲਦੀ ਨਸ਼ਿਆਂ ਦੀ ਗੱਭਰੂ ਰਿਜ ਗਾ ਪੀਣ ਸਮਾਇਕਾ ਕੀ ਲੈਣਾ ਗੈਰਤ ਤੋਂ ਸਾਡਾ ਚੱਲਦਾ ਰਹੇ ਬਲ ਡੇਰਾ ਸੋਹਣੇ ਕੂਕਾਂ ਪੰਥ ਦੀਆਂ ਪੰਥ ਦੀਆਂ ਮੁੜਿਆ ਪਿੰਡਰਾਂ ਵਾਲੇ ਸ਼ੇਰਾ ਆਉਣ ਵਾਲਿਆਂ ਨੇ ਛੱਡੀ ਨਹੀਂ ਕਸਰ ਕੋਈ ਬਾਕੀ ਸਿਰ ਚੁੱਕ ਗਏ ਸ਼ਰਮਾ ਨਾ ਹੱਦੋਂ ਵੱਧ ਗਈ ਬਦਅਫ ਤਾਕੀ ਸੋਹਣੇ ਗੰਦਿਆਂ ਗੀਤਾਂ ਨੂੰ ਚੁਗਦਾ ਨਾਲ ਸ਼ਰਮ ਦੇ ਚਿਹਰਾ ਸੋਹਣੇ ਕੂਕਾਂ ਪੰਥ ਦੀਆਂ ਮੁੜਿਆ ਪਿੰਡਰਾਂ ਵਾਲੇ ਸ਼ੇਰਾ ਫਿਰਦੇ ਸਾਧਾਂ ਦੇ ਪਰ ਕੋਈ ਸ਼ੇਰ ਨਜ਼ਰ ਨਹੀਂ ਆਉਂਦਾ ਵੱਗ ਫਿਰਦੇ ਸਾਧਾਂ ਦੇ ਪਰ ਕੋਈ ਸ਼ੇਰ ਨਜ਼ਰ ਨਹੀਂ ਆਉਂਦਾ ਖਿੱਚ ਵੱਧ ਗਈ ਮਾਇਆ ਦੀ ਹਰ ਕੋਈ ਫਿਰਦਾ ਪੂਛ ਲਕਾਉਂਦਾ ਵਿਗੜੇ ਹੋਏ ਦਤਾਂ ਨੂੰ ਸਿੱਧਾ ਕਰ ਮਾਰ ਕੇ ਫੇਰਾ ਸੋਹਣੇ ਕੂਕਾਂ ਪੰਥ ਦੀਆਂ
ਪੰਥ ਦੀਆਂ ਮੁੜਿਆ ਪਿੰਡਰਾਂ ਵਾਲੇ ਸ਼ੇਰਾ ਦੁੱਖ ਦੁਖੀਆਂ ਦੇ ਕਿਧਰੇ ਬਣ ਕੇ ਰਹੀ ਭਰਿਆ ਜਾ ਲਾ ਟੀਕਾ ਗੈਰਤ ਦਾ ਸੁੱਤੀ ਹੋਈ ਕੌਮ ਜਗਾ ਜਾ ਮਾਨੇ ਅਰਜ ਧਰਮੀਆਂ ਦੀ ਮਨ ਧਰਮ ਅਰਜੀਆਂ ਦੀ ਉਹ ਮੁੜ ਕੇ ਪਾਵਤ ਨਾ ਵੱਲ ਫੇਰਾ ਉਹ ਸੁਣ ਕੂਕਾ ਪੰਥ ਦੀਆਂ ਓਏ ਮੁੜਿਆ ਪਿੰਡਰਾਂ ਵਾਲਿਆ ਸ਼ੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।